ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੁੱਧ ਦੇ ਕਾਰੋਬਾਰ ਨੇ ਇਸ ਕਾਰਨ ਲੈਲੀ ਨੌਜਵਾਨ ਦੀ ਜਾਨ ਇਲਾਕੇ ਦੇ ਵਿੱਚ ਸ਼ਾਈ ਸੂਕ ਦੀ ਲਹਿਰ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਲੋਕ ਤੰਗੀਆਂ ਤੁਰਸ਼ੀਆਂ ਦੇ ਚਲਦੇ ਹੋਏ ਅਤੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਵੇਖਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਨੇ ਦੁੱਧ ਦੇ ਕਾਰੋਬਾਰ ਦੇ ਕਾਰਨ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਲਾਉਦ ਅਦੀਨ ਆਉਂਦੇ ਪਿੰਡ ਦੁਲਾਦ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਦੁੱਧ ਦੇ ਕਾਰੋਬਾਰ ਦੌਰਾਨ ਲੱਖਾਂ ਰੁਪਏ ਡੇਰੀ ਮਾਲਕਾਂ ਵੱਲ ਫਸ ਜਾਣ ਕਰਕੇ ਖੁਦਕੁਸ਼ੀ ਕਰ ਲਏ ਜਾਂਦਾ ਮਾਮਲਾ ਸਾਹਮਣੇ ਆਇਆ ਤਸਵੀਰ ਨੌਜਵਾਨ ਦੀ ਦਿਖਾ ਦਿੰਦੇ ਹਾਂ ਜੀ ਜੋ ਫੋਟੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਰਹੇ ਹੋ ਇਹ ਨੌਜਵਾਨਾਂ ਜਾਂਦੇ ਲੱਖਾਂ ਰੁਪਏ ਡੇਰੀ ਮਾਲਕਾਂ ਦੇ ਵੱਲ ਫਸੇ ਸੀ ਤੇ ਇਸ ਨੌਜਵਾਨ ਦੇ ਵੱਲੋਂ ਪੈਸੇ ਨਾ ਮਿਲਣ ਦੇ ਕਰਕੇ ਆਰਥਿਕ ਤੰਗੀ ਤੇ ਚੱਲਦੇ ਹੋਏ ਖੁਦਕੁਸ਼ੀ ਦਾ ਰਾਹ ਚੁਣ ਲਿਆ ਗਿਆ ਇਸ ਨੌਜਵਾਨ ਦੇ ਵੱਲੋਂ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਲਖਣਪਾਲ ਡੇਰੀ ਦੇ ਮਾਲਕ ਰਾਜੂ ਲਖਣਪਾਲ ਅਤੇ ਕਾਕਾ ਲਖਣਪਾਲ ਉਸਦੇ 253000 ਰੁਪਏ ਦੇ ਦੇਣਦਾਰ ਹਨ ਕਰੋਨਾ ਦੇ ਕਾਰਨ ਪਹਿਲਾਂ ਹੀ ਉਹ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਉੱਤੇ ਹੀ ਦੁੱਧ ਦੇ ਕਾਰੋਬਾਰ ਦਾ ਲੱਖਾਂ ਰੁਪਏ ਡੇਰੀ ਦੇ ਮਾਲਕਾਂ ਵੱਲੋਂ ਨਾ ਦਿੱਤੇ ਜਾਣ ਕਾਰਨ ਮਾਨਸਿਕ ਤਣਾਅ ਦੇ ਚੱਲਦੇ ਹੋਏ ਉਸਨੇ ਘਰ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਨੌਜਵਾਨ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਸਵਰਗੀ ਹਰਨੇਕ ਸਿੰਘ ਵਜੂ ਹੋਈ ਆ ਤੇ ਇਸ ਨੌਜਵਾਨ ਦੀ ਉਮਰ 40 ਸਾਲ ਦੱਸੀ ਜਾ ਰਹੀ ਆ ਤੇ ਮ੍ਰਿਤਕ ਦੇ ਮਿਲੇ ਇਸ ਨੋਟ ਦੇ ਬਾਰੇ ਉਸ ਦੇ ਚਚੇਰੇ ਪ੍ਰਾਸਖ ਜਯੋਤ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਧੰਨਵਾਦ